ਹਾਂ ਜੀ ਸਤਿ ਸ਼੍ਰੀ ਅਕਾਲ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂ ਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਹਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਲ ਤਵਿਆਂ ਟਰੈਕਟਰ ਟਰਾਲੀ ਜਾ ਕੋਈ ਵੀ ਮਸ਼ੀਨਰੀ ਵਿਰੇ ਸੇਲ ਕਰਨੀ ਹੈ ਤਾਂ ਉਸ ਦੇ ਆ ਪੰਜ ਸੱਤ ਫੋਟੋਆਂ ਨਾਲੀ ਉਹਦੀ ਲੋੜ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜਟਾਂ ਦੇ ਜਹਾਜ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵਿਰੇ ਕੋਈ ਕਮਿਸ਼ਨ ਨਹੀਂ ਆਪਣਾ ਥੈਂਕ ਯੂ ਸੋ ਵਿਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹ 6 ਚੀਜ਼ਾਂ ਨੇ ਸੇਲੇ ਆਪਣੇ ਕੋਲ ਸੋਨਾਲੀਕਾ 60 DI ਟਰੈਕਟਰ ਹੈ ਮੈਸੀ 245 ਟਰੈਕਟਰ ਹੈ HMT 911 ਟਰੈਕਟਰ ਹੈ ਪਲਸਰ ਮੋਟਰਸਾਈਕਲ ਹੈ 150 CC ਪ੍ਰੀਤ ਕੰਬਾਈਨ ਹੈ 3 16 ਬਾਈ 7 ਫੁੱਟ ਦੀ ਟਰਾਲੀ ਹੈ ਵੀਰੇ ਸੋ ਸਭ ਤੋਂ ਪਹਿਲਾਂ ਤਾਂ ਬਗਲ ਕਰ ਲਗੇ ਆ ਸੋਨਾਲੀਕਾ ਬਾਰੇ ਸੋਨਾਲੀਕਾ 60 DI ਟਰੈਕਟਰ ਹੈ ਵੀਰੇ 2008 ਮਾਡਲ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟਰੈਕਟਰ ਦੇ ਟਾਇਰ ਨੇ ਵੀਰੇ 50 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਸਾਫ ਸੁਥਰੇ ਪੱਕੇ ਟਾਇਰ ਨੇ ਨਾਲ ਦੇ ਏਜੰਸੀ ਵਾਲੇ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਹੈ ਬਾਡੀ ਚਾਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ 오ਰੀਜਨਲ ਪੇਂਟ ਹੈ ਟਰੈਕਟਰ ਦਾ ਜੇ ਤੋਂ ਪੇਂਟ ਦੁਬਾਰਾ ਨਹੀਂ ਹੋਇਆ ਕਿਤੇ ਉਤਰਿਆ ਨਹੀਂ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਇੰਜਨ ਪੰਪ ਗੇਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਅ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਪੂਰੀ ਵਧੀਆ ਕੰਡੀਸ਼ਨ ਹੈ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਸਿੰਪਲ ਸਟੀering ਹੈ ਡਬਲ ਕਲਚ ਰਿਵਰਸ ਵੀਡੀਓ ਦੇ ਨਾਲ ਬਿਲਕੁਲ ਓਕੇ ਕੰਡੀਸ਼ਨ ਹੈ ਏਰੀਆ ਵੀਰੇ ਮਲੇਰਕੋਟਲਾ ਏਰੀਆ ਵੀਰਾਂ ਦਾ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਹੈ 3,30,000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਮੈਸੇਜ ਟਰੈਕਟਰ ਦਿਖਾ ਰਹੇ ਹਾਂ ਮੈਸੇਜ 245 ਟਰੈਕਟਰ ਹੈ ਵੀਰੇ 2000 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਦਾ ਵੀ ਟਰੈਕਟਰ ਪਿਆ ਵੀਰੇ ਪਰਦੇ ਟਾਇਰ ਨੇ 85 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਸਾਫ ਸੁਥਰੇ ਪੱਕੇ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਹੈ ਬਾਡੀ ਚਾਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਓਰੀਜਨਲ ਪੇਂਟ ਹੈ ਵੀਰੇ ਕਿਤੇ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕਿਤੇ ਕੋਈ ਗਲਿਆ ਸੜਿਆ ਨਹੀਂ ਵਧੀਆ ਸਾਫ ਸੁਥਰਾ ਰੰਗ ਪੇਂਟ ਪਿਆ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਮਾਲਕ ਵੀਰੋਂ ਵੱਲ ਫੁੱਲ ਗਾਰੰਟੀ ਹੈ ਵੀਰੇ ਬਾਅ ਕੇ ਜਲਾ ਕੇ ਚੈੱਕ ਕਰਕੇ ਦੇਖਣਾ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਕੋਈ ਕਿਤੇ ਲੀਕ ਸੀਕ ਨਹੀਂ ਕੋਈ ਡੈਮੇਜ ਨਹੀਂ ਪੂਰੀ ਓਕੇ ਕੰਡੀਸ਼ਨ ਹੈ ਸੈਂਪਲ ਸਟੀering ਹੈ ਵੀਰੇ ਸੈਂਟਰ ਗੇਅਰ ਹੈ ਬਿਲਕੁਲ ਵਧੀਆ ਕੰਡੀਸ਼ਨ ਹੈ ਪੰਜਾਬ ਨੰਬਰ ਟਰੈਕਟਰ ਹੈ ਏਰੀਆ ਹਰਿਆਣਾ ਏਰੀਆ ਵੀਰੇ ਹੁਸ਼ਿਆਰਪੁਰ ਦੇ ਵਿੱਚ ਉਥੇ ਇਹ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ 1,70,000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰੇ ਦੇ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਅੱਜ ਆਪਾਂ ਤੁਹਾਨੂੰ HMT ਟਰੈਕਟਰ ਦਿਖਾ ਰਹੇ ਹਾਂ HMT 911 ਟਰੈਕਟਰ ਹੈ ਵੀਰੇ 1997 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟੈਕਸ ਦੇ ਟਾਇਰ ਨੇ ਵੀਰੇ 60 ਪੈਸੇ ਟਾਇਰ ਪਿਛਲੇ ਨੇ ਅਗਲੇ ਟਾਇਰ 30 ਪੈਸੇ ਨੇ ਬਿਲਕੁਲ ਬੇਦਾਗ ਸਾਫ ਸੁਥਰੇ ਪੱਕੇ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਬਾਡੀ ਚੈਸੀ ਦਾ ਪੇਂਟ ਵੀਰੇ ਮਗਰਟਾ ਨੂੰ ਟਰੈਕਟਰ ਦੇ ਪੇਂਟ ਹੋਇਆ ਹੈ ਨਾਲ ਹੀ ਵੀਰੇ ਸ਼ੋ ਤੇ ਹਲਕਾ ਫੁਲਕਾ ਪੇਂਟ ਹੈ ਇੰਜਨ ਦਾ ਪੇਂਟ ਨਾਲ ਦਾ origignal ਹੈ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ ਵੀਰੇ ਕੋਈ ਕਿਤੇ ਗਲੇ ਸੜਿਆ ਨਹੀਂ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਵਧੀਆ ਟਰੈਕਟਰ ਦੀ ਕੰਡੀਸ਼ਨ ਪਈ ਹੈ ਸ਼ੋਅ ਲਈ ਹੋਈ ਹੈ ਵੀਰੇ ਟਰੈਕਟਰ ਦੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਸ਼ੋਅ ਹੈ ਇੰਜਨ ਪੰਪ ਗੀਅਰ ਦਾ ਕੰਮ ਸਾਰਾ ਹੋਇਆ ਵੀਰੇ ਪਿਛਲੇ ਦਿਨੀ ਕੰਮ ਕਰਵਾਇਆ ਮਾਲਕ ਵੀਰਾਂ ਨੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਫੁੱਲ ਗਾਰੰਟੀ ਹੈ ਵੀਰੇ ਮਾਲਕ ਵੀਰਾਂ ਵੱਲੋਂ ਬਾਹਰ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਸਿੰਪਲ ਨਾਟਕ ਰਨ ਟਰੈਕਟਰ ਹੈ ਸਿੰਪਲ ਸਟੀering ਹੈ ਔਇਲ ਬ੍ਰੇਕਰ ਨੇ ਪੂਰੀ ਵਧੀਆ ਕੰਡੀਸ਼ਨ ਹੈ ਵੀਰੇ ਏਰੀਆ ਮੋਗਾ ਏਰੀਆ ਵੀਰਾਂ ਦਾ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਵੀਰੇ 1,75,000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਸਿੱਖੀ ਸਕਦੇ ਹੋ ਸੋ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਪਲਸਰ ਮੋਟਰਸਾਈਕਲ ਦਿਖਾ ਰਹੇ ਹਾਂ ਪਲਸਰ 150 ਸੀਸੀ ਮੋਟਰਸਾਈਕਲ ਹੈ ਵੀਰੇ 2011 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ ਵੀਰੇ ਮੋਟਰਸਾਈਕਲ ਦੇ ਜਿਹੜੇ ਟਾਇਰ ਨੇ ਪਿਛਲਾ ਟਾਇਰ 50 ਪੈਸੇ ਹੈ ਵੀਰੇ ਅਗਲਾ ਟਾਇਰ 80 85 ਪੈਸੇ ਹੈ ਬਿਲਕੁਲ ਬੇਦਾਗ ਸਾਫ ਸੁਥਰੇ ਪੱਕੇ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਹੈ ਸਾਰਾ ਐਟ ਜੈਡ オリジナル ਮੋਟਰਸਾਈਕਲ ਹੈ ਵੀਰੇ ਮਗਰਾਟ ਵਗੈਰਾ ਇੰਡੀਕੇਟਰ ਵਗੈਰਾ ਸਾਰੇ ਨਾਲ ਦੇ オリジナル ਨੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟ ਨਹੀਂ ਸਾਰਾ オリジナル ਹੈ ਵੀਰੇ ਦੁਬਾਰਾ ਪੇਂਟ ਨਹੀਂ ਹੋਇਆ ਕਿਤੋਂ ਵੀ ਸਾਰਾ オリジナル ਪੇਂਟ ਹੈ ਮੋਟਰਸਾਈਕਲ ਦਾ ਇੰਜਨਰ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਸਰਵਿਸ ਵਗੈਰਾ ਸਭ ਹੋਈ ਹੈ ਮੋਟਰਸਾਈਕਲ ਦੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਵਧੀਆ ਅਵੇਰੇਜ ਹੈ ਵੀਰੇ ਕੋਈ ਸਟਾਰਟਿੰਗ ਪ੍ਰੋਬਲਮ ਨਹੀਂ ਸੈਲਫ ਸਟਾਰਟ ਮੋਟਰਸਾਈਕਲ ਹੈ ਬੈਟਰੀ ਵਗੈਰਾ ਚੇਨ ਸੈੱਟ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਨੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਡਾਕੂਮੈਂਟਸ ਵਗੈਰਾ ਸਾਰੇ ਕੰਪਲੀਟ ਨੇ ਵੀਰੇ ਪੰਜਾਬ ਨੰਬਰ ਮੋਟਰਸਾਈਕਲ ਹੈ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਵੀਰੇ ਮਾਲਕੀ ਵੀਰੋਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਮੋਟਰਸਾਈਕਲ ਤੁਸੀਂ ਖਰੀਦ ਸਕਦੇ ਹੋ ਏਰੀਆ ਵੀਰੇ ਫਗਵਾੜਾ ਏਰੀਆ ਵੀਰਾਂ ਦਾ ਉੱਥੇ ਮੋਟਰਸਾਈਕਲ ਖੜਾ ਹੈ ਮੋਟਰਸਾਈਕਲ ਦੀ ਕੀਮਤ ਰੱਖੀ ਗਈ ਹੈ ਵੀਰੇ 21000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਮੋਟਰਸਾਈਕਲ ਤੁਸੀਂ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਮੋਟਰਸਾਈਕਲ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤੈਨੂੰ ਕੋਈ ਸਮਰਬੀ ਨੁਕੀ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 16 ਬਾਈ 7 ਫੁੱਟ ਦੀ ਟਰਾਲੀ ਹੈ ਵੀਰੇ 2019 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਵੀਰੇ ਐਸ ਏ ਡਬਲਯੂ ਦੀ ਬਣੀ ਹੋਈ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਟਰਾਲੀ ਦੇ ਜਿਹੜੇ ਟਾਇਰ ਨੇ ਵੀਰੇ 50 ਪੈਸੇ ਟਾਇਰ ਨੇ ਦੋਨੋਂ ਜੋੜੀਆਂ ਬਿਲਕੁਲ ਬੇਦਾਗ ਸਾਫ ਸੁਥਰੇ ਪੱਕੇ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਨਾਲ ਟਰਾਲੀ ਦੀ ਬਾਡੀ ਚਾਸੀ ਵੀਰੇ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ 10 ਇੰਚ ਚਾਸੀ ਹੈ ਵੀਰੇ 10 ਨਟਾਂ ਵਾਲੀ ਹੱਬ ਹੈ ਰੇਲ ਦਾ オリジナル ਧੁਰਾ ਲੱਗਿਆ ਹੋਇਆ ਹੈ ਚਾਸੀ ਨੂੰ ਪਲੇਟਾਂ ਲੱਗੀਆਂ ਹੋਈਆਂ ਨੇ ਹੈਵੀ ਕੈਂਚੀ ਲੱਗੀ ਹੋਈ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ 2.5 ਫੁੱਟ ਬੈੱਡ ਹੈ ਵੀਰੇ ਅਦੇ ਫੁੱਟ ਤੇ ਝੋਪੜੀ ਬਣੀ ਹੋਈ ਹੈ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਗੇਂਦੀਆਂ ਲੱਗੀਆਂ ਹੋਈਆਂ ਨੇ ਬੀਲ ਚੇਅਰ ਵਾਲੇ ਵੀਰੇ ਰਸਾ ਇਕੱਠਾ ਕਰਨ ਵਾਲੇ ਵੀਲ ਰਸਾ ਟਾਈਟ ਕਰਨ ਵਾਲੇ LED ਲਾਈਟਸ ਵਗੈਰਾ ਲੱਗੀਆਂ ਹੋਈਆਂ ਨੇ ਸਾਰੀ ਐਸੈਸਰੀ ਲੱਗੀ ਹੋਈ ਹੈ ਵੀਰੇ ਬਿਲਕੁਲ ਟੌਪ ਕਲਾਸ ਦੀ ਟਰਾਲੀ ਤਿਆਰ ਹੋਈ ਹੈ ਓरिजिनल ਪੇਂਟ ਹੋਇਆ ਸਾਰਾ ਟੌਪ ਕਲਾਸ ਦਾ ਬਿਲਕੁਲ ਹੈਵੀ ਕੁਆਲਿਟੀ ਦੀ ਫਰਸ਼ ਚਾਦਰ ਹੈ ਵੀਰੇ ਕੋਈ ਕਿਤੇ ਡੈਂਟ ਨਹੀਂ ਕੋਈ ਡੈਮੇਜ ਨਹੀਂ ਕਿਤੇ ਗਲੀ ਸੜੀ ਨਹੀਂ ਬਿਲਕੁਲ ਹੈਵੀ ਕਲਾਸ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਵੀਰੇ ਏਰੀਆ ਹੁਸ਼ਿਆਰਪੁਰ ਏਰੀਆ ਵੀਰਾਂ ਦਾ ਉਥੇ ਇਹ ਟਰਾਲੀ ਖੜੀ ਹੈ ਟਰਾਲੀ ਦੀ ਕੀਮਤ ਰੱਖੀ ਗਈ ਹੈ ਵੀਰੇ 2 ਲੱਖ ਦੇ 20000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਵੀਰੇ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਥੈਂਕ ਯੂ ਹਾਂਜੀ ਵੀਰੇ ਆਪਾਂ ਜੀ ਤੁਹਾਨੂੰ ਕੰਬਾਈਨ ਦਿਖਾ ਰਹੇ ਆਂ ਪ੍ਰੀਤ 987 ਕੰਬਾਈਨ ਹੈ ਵੀਰੇ 2016 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਕੰਬਾਈਨ ਦੇ ਟਾਇਰ ਨੇ 45 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ ਸੁਥਰੇ ਪੱਕੇ ਟਾਇਰ ਨੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਸਾਰਾ ਨਾਲ ਦਾ オリジナル ਰੰਗ ਪੇਂਟ ਹੈ ਵੀਰੇ ਕਿਤੇ ਦੁਬਾਰਾ ਪੇਂਟ ਨਹੀਂ ਹੋਇਆ ਕਿਤੇ ਪੇਂਟ ਉਤਰਿਆ ਨਹੀਂ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕਿਤੇ ਗਲੀ ਛੜੀ ਨਹੀਂ ਕਿਤੇ ਬਿਲਡਿੰਗ ਦਾਕ ਨਹੀਂ ਲੱਗਿਆ ਹੋਇਆ ਸਾਰੇ origignal machine ਹੈ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਦਾ ਕੰਮ ਸਾਰਾ ਬਿਲਕੁਲ ਓਕੇ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਫਰੀਦ ਦਾ origignal engine ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਕੰਬਾਈਨ ਨਾਲ ਤੁਸੀਂ ਦੇਖ ਸਕਦੇ ਹੋ ਪੂਰੀ ਸ਼ੁੱਧ ਬਾਡੀ ਦੀ ਸਾਫ਼ ਕੰਬਾਈਨ ਹੈ ਵੀਰੇ ਏਰੀਆ ਪਾਣਾ ਪਿੰਡ ਹੈ ਵੀਰਾਂ ਦਾ ਜਿਲ੍ਹਾ ਫਰੀਦਕੋਟ ਉੱਥੇ ਇਹ ਕੰਬਾਈਨ ਖੜੀ ਹੈ ਕੰਬਾਈਨ ਦੀ ਕੀਮਤ ਰੱਖੀ ਗਈ ਹੈ 12 ਲੱਖ 50 ਹਜ਼ਾਰ ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਕੰਬਾਈਨ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਹਾਏ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀ ਇਹਨਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਨਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇਨ। ਸੋ ਉਮੀਦ ਕਰਦੇ ਆਂ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਵੀਰੇ ਆਪੋ ਆਪਣੇ ਕੀਮਤੀ ਸੁਝਾਅ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਕੋਈ ਸਾਡੇ ਵੱਲੋਂ ਕਮੀ ਪਈ ਸੀ ਰਹਿੰਦੀ ਹੈ ਤਾਂ ਜੋ ਆਪਾਂ ਗਲਤੀ ਸੁਧਾਰ ਕੇ ਤੁਹਾਡੇ ਲਈ ਚੰਗੀਆਂ ਤੋਂ ਚੰਗੀਆਂ ਵੀਡੀਓ ਲੈ ਕੇ ਆ ਸਕੀਏ। ਸੋ ਨਾਲ ਹੀ ਵੀਰੇ ਆਪੋ ਆਪਣੀ ਡਿਮਾਂਡ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਦਿਆ ਕਰੋ ਤਾਂ ਜੋ ਆਪਾਂ ਤੁਹਾਡੀ ਡਿਮਾਂਡ ਅਨ ਸੋ ਥੈਂਕ ਯੂ ਵੀਰੇ ਹੁਣ ਇੱਕ ਰਿਕਵੈਸਟ ਆਪਣੇ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਵੀਰੇ ਮਸ਼ੀਨਰੀ ਸੈਂਡ ਕਰਦੇ ਨੇ ਪਲੀਜ਼ ਵੀਰੇ ਜੋ ਵੀ ਕੋਈ ਮੇਰਾ ਵੀਰ ਐਡ ਕਰਵਾਉਣ ਲਈ ਮਿਸਟਰੀ ਸੈਂਡ ਕਰਦਾ ਇੱਕ ਤਾਂ ਉਹਦੀ ਜਾਣਕਾਰੀ ਬਿਲਕੁਲ ਪੂਰੀ ਰਿਆ ਕਰੋ ਅਧੂਰੀ ਹੋਣ ਜਾਣਕਾਰੀ ਹੋਣ ਕਰਕੇ ਵੀਰੇ ਆਪਣੀ ਐਡ ਨਹੀਂ ਹੋ ਪਉਂਦੀ ਤੇ ਨੰਬਰ 2 ਰਿਕਵੈਸਟ ਹੈ ਵੀਰੇ ਰੇਟ ਬਾਰੇ ਮਾਲਕ ਵੀਰਾਂ ਵੱਲੋਂ ਵੀਰੇ ਬਹੁਤ ਜ਼ਿਆਦਾ ਰੇਟ ਮੰਗਿਆ ਜਾਂਦਾ ਇਸ ਦੇ ਰਿਕਾਰਡਿੰਗ ਵੀਰੇ ਬਹੁਤ ਜ਼ਿਆਦਾ ਆਪਾਂ ਨੂੰ ਕੰਪਲੇਂਟ ਆਉਂਦੀ ਹੈ ਵੀਰਾਂ ਦੇ ਫੋਨ ਮੈਸੇਜ ਆਉਂਦੇ ਨੇ ਵੀ ਰੇਟ ਬਹੁਤ ਜ਼ਿਆਦਾ ਮੰਗਦੇ ਨੇ ਵੀਰ ਸੋ ਪਲੀਜ਼ ਵੀਰੇ ਰਿਕੁਐਸਟ ਹੈ ਚੀਜ਼ ਦਾ ਰੇਟ ਉਹਨੇ ਮੰਗੋ ਜਿਹੜਾ ਮਾਰਕੀਟ ਰੇਟ ਦੇ ਹਿਸਾਬ ਨਾਲ ਚੀਜ਼ ਵੇਚ ਸਕੇ ਬਹੁਤ ਜ਼ਿਆਦਾ ਹਾਈ ਰੇਟ ਮੰਗਨ ਨਾਲ ਵੀਰੇ ਚੀਜ਼ ਸੇਲ ਨਹੀਂ ਹੋ ਪਾਉਂਦੀ ਤੇ ਨਾ ਹੀ ਵੀਰੇ ਆਪਣਾ ਕੋਈ ਚੈਨਲ ਬਣਾਉਣ ਦਾ ਫਾਇਦਾ ਫਿਰ ਉਸ ਤੇ ਚੱਕਰ ਚ ਚੈਨਲ ਬਣਾਉਣ ਦਾ ਵੀਰੇ ਇਹੀ ਮੋਟਿਵ ਹੈ ਆਪਾਂ ਬਿਨਾ ਕਿਸੇ ਕਮਿਸ਼ਨ ਤੋਂ ਜਾਇਜ਼ ਰੇਟ ਦੇ ਉੱਪਰ ਮਾਲਕ ਵੀਰਾਂ ਵੱਲੋਂ ਚੀਜ਼ਾਂ ਜਿਹੜੀਆਂ ਸੇਲ ਹੁੰਦੀਆਂ ਨੇ ਉਹ ਆਪਾਂ ਕਿਸਾਨ ਵੀਰਾਂ ਨੂੰ ਪਹੁੰਚਾ ਸਕੀਏ ਸੋ ਪਲੀਜ਼ ਵੀਰੇ ਆਪਣਾ ਸਾਥ ਦਿਓ ਤੇ ਸਹੀ ਜਾਇਜ਼ ਰੇਟ ਰੱਖੋ ਜਿਹੜਾ ਚੀਜ਼ ਦਾ ਮਾਰਕੀਟ ਰੇਟ ਦੇ ਹਿਸਾਬ ਨਾਲ ਬਣਦਾ ਹੈ। ਜਿਆਦਾ 50 50 60 7000 ਰੁਪਏ ਐਕਸਟਰਾ ਮੰਗ ਲੈਂਦੇ ਨੇ ਵੀ ਜਿਸ ਕਰਕੇ ਵੀਰੇ ਚੀਜ਼ ਨਾ ਤਾਂ ਸੇਲ ਹੋ ਪਾਉਂਦੀ ਹੈ ਨਾ ਹੀ ਕਿਸਾਨ ਵੀਰਾਂ ਨੂੰ ਸਹੀ ਰੇਟ ਦੇ ਉੱਪਰ ਚੀਜ਼ ਮਿਲ ਪਉਂਦੀ ਹੈ। ਸੋ ਰਿਕਵੈਸਟ ਹੈ ਵੀਰੇ ਸਹੀ ਜਾਇਜ਼ ਰੇਟ ਰੱਖੋ ਚੀਜ਼ ਦਾ ਜਿਹੜਾ ਮਾਰਕੀਟ ਰੇਟ ਦੇ ਹਿਸਾਬ ਨਾਲ ਬਣਦਾ ਹੈ ਤਾਂ ਜੋ ਕਿਸਾਨ ਵੀਰਾਂ ਨੂੰ ਵੀ ਘਰੋਂ ਖੜੀ ਚੀਜ਼ ਵੀਰੇ ਵਧੀਆ ਕੰਡੀਸ਼ਨ ਦੇ ਵਿੱਚ ਸਹੀ ਰੇਟ ਦੇ ਉੱਪਰ ਮਿਲ ਸਕੇ ਬਿਨਾਂ ਕਿਸੇ ਕਮਿਸ਼ਨ ਤੋਂ। ਸੋ ਉਮੀਦ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਵੀਰੇ ਤੁਸੀਂ ਗੌਰ ਜਰੂਰ ਕਰੋਗੇ ਇਸ ਟੌਪਿਕ ਦੇ ਉੱਤੇ ਤੇ ਅੱਗੇ ਤੋਂ ਵੀਰੇ ਸਹੀ ਜਾਇਜ਼ ਰੇਟ ਦੇ ਉੱਪਰ ਸਹੀ ਚੀਜ਼ਾਂ ਸੈਂਡ ਕਰਾਂਗੇ ਸੋ ਥੈਂਕ ਯੂ ਵੀਰੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਨਾਲ